Audio Jungle. ਟਿਕਟ ਵੀ ਆ ਗਈ ਤੇ 16 ਵਿੱਚ ਤਰੀਕ ਸੀ ਤੇ 17 ਨੂੰ ਉਹਨਾਂ ਨੇ ਚੜਾ ਦਿੱਤਾ ਉੱਥੋਂ
ਤੇ ਬਾਅਦ 'ਚ 2 ਦਿਨ ਉੱਥੇ ਰੱਖਿਆ ਦੁਬਈ। ਉਹ ਕਹਿੰਦੇ ਕਿ ਇੱਥੇ ਕੰਮ ਨਹੀਂ ਹੈਗਾ ਤੇ ਤੂੰ ਅੱਗੇ ਚਲੀ ਜਾ, ਉੱਥੇ ਠੰਡਾ ਮੁਲਕ ਆ ਤੇ 35-40 ਹਜ਼ਾਰ ਤੈਨੂੰ ਉੱਥੇ ਤਨਖਾਹ ਮਿਲੂਗੀ, ਤੂੰ ਇੱਥੇ ਇੱਥੇ ਵੀ ਕੰਮ ਕਰਨਾ ਤਾਂ ਉੱਥੇ ਵੀ ਕਰਨਾ। ਓਰੀਐਂਟ ਕਹਿੰਦਾ ਜਿਹੜਾ ਇੱਧਰਲਾ ਸੀ ਦੁਕੇਸ਼ ਕੁਮਾਰ, ਕਿ ਮੈਂ ਜੇ ਮਤਲਬ ਕੋਈ ਟੈਨਸ਼ਨ ਹੋਊਗੀ, ਕੋਈ ਹੋਊਗੀ ਤੈਨੂੰ ਤੰਗੀ, ਤੇ ਮੈਂ ਤੈਨੂੰ ਵਾਪਸ ਬੁਲਾ ਲਊਂਗਾ, ਕਿ ਮੈਂ ਬੈਠਾ ਵਾਂ, ਮੇਰੀ ਜ਼ਿੰਮੇਵਾਰੀ ਤਾਂ ਤੂੰ ਚਲੀ ਜਾ ਅੱਗੇ। ਅਤੇ ਉਹ ਚਲੀ ਗਈ ਤੇ ਉਹ ਹੁਣ ਨਾ ਤਾਂ ਉਹਨੂੰ ਉੱਥੋਂ ਦੇ ਬੰਦੇ ਪਸੰਦ ਆ ਨਾ ਕੰਮ, ਅਤੇ ਉਹ ਉੱਥੇ ਰਹਿਣਾ ਨਹੀਂ ਚਾਹੁੰਦੀ। ਅੱਛਾ, ਉੱਥੇ ਜਿੱਦਾਂ ਤੁਸੀਂ ਦੱਸ ਰਹੇ ਇੱਕ ਕਮਰੇ 'ਚ ਉਹਨੂੰ ਰੱਖਿਆ ਪਿਆ, ਕਿੰਨੀਆਂ ਕੁੜੀਆਂ ਉੱਥੇ ਹੈਗੀਆਂ? ਉਦੋਂ ਪਹਿਲਾਂ ਤਾਂ 6-7 ਸੀਗੀਆਂ, ਹੁਣ ਤਾਂ ਮੇਰੇ ਖਿਆਲ 1-2 ਰਹਿ ਗਈਆਂ, 2-3। ਅਤੇ ਕਈ ਕੁੜੀਆਂ ਨੇ 2-4 ਰਾਤੀ ਰਹਿ ਜਾਂਦੇ ਅਤੇ ਰਾਤ ਹੀ ਵਾਪਸ ਕਰ ਜਾਂਦੇ, ਅਤੇ 2-3 ਤਾਂ ਚਲ ਗਈਆਂ। ਬਾਕੀ ਹੈਗੀਆਂ ਕੋਈ ਅਫਰੀਕਾ ਦੀ ਆ, ਕੋਈ ਕਿਤੋਂ ਦੀ, ਕੋਈ ਕਿਤੋਂ ਦੀ, ਪੰਜਾਬ ਦੀਆਂ ਤਾਂ ਹੈ ਨਹੀਂ, ਇੱਕ ਪੰਜਾਬ ਦੇ ਨਾਲ ਸੀ, ਪਤਾ ਨਹੀਂ ਉਹ ਪਿੱਛੇ ਆ ਗਈ ਆ, ਉਹਨਾਂ ਨਾਲ ਰਲੀ ਹੋਈ ਸੀ ਕਿ ਪਤਾ ਨਹੀਂ ਉਹ ਕੰਮ 'ਤੇ ਚਲੀ ਗਈ, ਉਹ ਫਗਵਾੜੇ ਦੀ ਸੀ। ਠੀਕ ਹੈ, ਉਹਦਾ ਨਹੀਂ ਪਤਾ ਕੀ ਕੰਮ, ਕੋਈ ਦੱਸਦੇ ਕੀ ਕੰਮ ਕਰਾਉਂਦੇ? ਕੰਮ ਘਰਾਂ ਘਰਾਂ ਦਾ ਹੋਊਗਾ, ਜੇ ਕੰਮ ਕਰਨ ਕਰਨ ਭੇਜਣ ਵੀ ਤੇ ਮਤਲਬ ਕਹਿੰਦੇ ਉੱਥੇ ਪੈਸਾ ਨਹੀਂ ਦਿੰਦੇ, ਉਹ ਇਹਨਾਂ ਨੇ ਏਜੰਟਾਂ ਨੇ ਪਹਿਲਾਂ ਹੀ ਲਏ ਹੁੰਦੇ ਆ, ਉਹ ਪੈਸਾ ਨਹੀਂ ਦਿੰਦੇ ਕੋਈ ਵੀ। ਜਿਹਦਾ ਤੁਸੀਂ ਕਮਰੇ ਰੱਖਿਆ ਪਿਆ ਵਾ, ਕਮਰੇ 'ਚ ਕੋਈ ਖਾਣ ਪੀਣ ਦਿੰਦੇ ਤੁਸੀਂ? ਦਿੰਦੇ ਉਹ ਇੰਨੇ ਕੁ ਚੌਲ ਇੱਕ ਟਾਈਮ ਦਿੰਦੇ ਆ, ਅਤੇ ਜਾਂ ਮੈਗੀ ਦਿੰਦੇ ਥੋੜ੍ਹੀ ਜਿਹੀ ਰਾਤ ਨੂੰ, ਬਸ ਚਾਹ ਨਹੀਂ ਕੁਛ ਨਹੀਂ, ਕੋਈ ਚੀਜ਼ ਨਹੀਂ। ਕੁੜੀ ਦਾ ਪਾਸਪੋਰਟ ਕਿੱਥੇ ਆ? ਉਹਦੇ ਕੋਲ ਹੀ ਆ, ਉਹਨਾਂ ਕੋਲ ਹੀ ਆ, ਜਨਤਾ ਕੋਲ। ਕੰਮ ਕਦੋਂ ਕਰਾਉਂਦੇ, ਦਿਨੇ ਜਾਂ ਰਾਤ ਨੂੰ? ਕੰਮ ਕੋਈ ਵੀ ਨਹੀਂ ਕਰਾਉਂਦੇ ਹਜੇ ਉੱਥੇ, ਦਫ਼ਤਰ 'ਚ ਜਾਂਦੀ ਨਹੀਂ ਨਾ, ਤੁਹਾਨੂੰ ਦੱਸਿਆ ਉਹਨੇ ਵੀ ਮੈਂ ਕੋਈ ਕੰਮ 'ਤੇ ਜਾ। ਅੱਛਾ, ਜਿਹੜੇ ਹੁਣ ਤੁਸੀਂ ਕੰਪਲੇਂਟ ਕੀਤੀ ਹੈ ਤੇ ਪੁਲਿਸ ਨੂੰ, ਇਹਦੇ ਜਿੱਦਾਂ ਕੁੜੀ ਦੀ ਵੀਡੀਓ ਆਈ ਹੈ, ਕੋਈ ਪੁਲਿਸ ਨੂੰ ਦਿੱਤੀ ਹੈ ਵੀਡੀਓ? ਹਾਂਜੀ, ਪੁਲਿਸ ਨੂੰ ਅਸੀਂ ਕੰਪਲੇਂਟ ਕੀਤੀ ਆ। ਅਤੇ ਉਹਨਾਂ ਨੇ ਇੱਕ ਦਿਨ ਉਹ ਜਿਹੜੀ ਮੁੰਡੇ ਦੀ ਮਾਸੀ ਸੀ ਉਹਨੂੰ ਇੱਥੋਂ ਫੜਿਆ, ਉਹਨਾਂ ਨੂੰ ਵੀ ਰਾਤ ਨੂੰ ਛੱਡਤਾ, ਅਤੇ 2 ਗੇੜੇ ਉਹਨਾਂ ਵਾਲੀ ਮਾਰੇ ਤੋਂ ਵੀ ਨਹੀਂ ਲੱਭੇ, ਉਹਦੇ ਲੁੱਕ ਗਏ, ਪਤਾ ਨਹੀਂ ਕਿੱਥੇ ਲੁੱਕ ਗਿਆ ਸਾਰਾ, ਮਾਸੀ ਵੀ ਅਤੇ ਉਹਨਾਂ ਦਾ ਆਰ ਪਰਿਵਾਰ ਵੀ। ਦੱਸਦੇ ਕੋਈ ਕਦੋਂ ਕੁੜੀ ਨੂੰ ਲਿਆਉਣਗੇ ਵਾਪਸ? ਨਹੀਂ, ਉਹਨਾਂ ਨੂੰ ਸਾਨੂੰ ਕੋਈ ਗੱਲ ਹੀ ਨਹੀਂ ਕਰਦੀ, ਉਹਨਾਂ ਦੇ ਫੋਨ ਹੀ ਨਹੀਂ ਲੱਗਦੇ, ਬੰਦ ਫੋਨ ਸਾਰੇ। ਕੀ ਚਾਹੁੰਦੇ ਤੁਸੀਂ ਉਹਨੂੰ? ਅਸੀਂ ਚਾਹੁੰਦੇ ਹਾਂ ਸਾਡੀ ਕੁੜੀ ਵਾਪਸ ਆ ਜਾਵੇ, ਹੋਰ ਅਸੀਂ ਕੀ ਕਹਿਣਾ, ਕੁੜੀ ਵਾਡੀ ਵਾਪਸ ਆ ਜਾਵੇ ਬਸ। ਉਹਨੂੰ ਕਮਰੇ ਵਿੱਚ ਬੰਦ ਕੀਤਾ ਹੋਇਆ, ਬਗਦਾਦ ਸ਼ਹਿਰ ਸਿਟੀ, ਬਗਦਾਦ ਸਿਟੀ ਆ, ਪਲੀਜ਼ ਮੇਰੀ ਹੈਲਪ ਕਰੋ। ਇਸ ਵੇਲੇ ਦੁਬਾਰਾ ਕਰ ਲਓ ਪਲੀਜ਼। ਮੇਰਾ ਨਾਮ ਰਮੇਸ਼ ਕੁਮਾਰ ਹੈ। ਰਮੇਸ਼ ਜੀ, ਜਿਹੜੀ ਵੀਰ ਪਾਰਕ ਕੋਲ ਹੈ, ਕੀ ਲੱਗਦੀ ਤੁਹਾਡੀ? ਮੇਰੀ ਭੈਣ ਹੈ, ਚਾਚੇ ਦੀ ਲੜਕੀ। ਅੱਛਾ, ਕੀ ਗੱਲ ਕੀ ਹੋਈ ਗਈ ਆ ਪੂਰੀ? ਭਾਅ ਜੀ, ਇੱਥੋਂ ਸਾਡੇ ਹੈ ਨਾ ਪਿੰਡ, ਉਹਦੀ ਮੁੰਡੇ ਦੀ ਮਾਸੀ ਸੀਗੀ, ਉਹ ਹੈ ਨਾ ਇੱਥੋਂ ਸਾਡੀ ਕੁੜੀ ਨੂੰ ਕਹਿੰਦੀ ਤੈਨੂੰ ਬਾਹਰ ਭੇਜ, ਮੇਰਾ ਭਾਂਜਾ ਬਾਹਰ ਭੇਜਦਾ ਵਾ ਕੁੜੀਆਂ ਨੂੰ, ਠੀਕ ਆ, ਨਾਲ ਜਾ ਕੇ ਇੱਕ ਉਹ ਮਾਸੀ ਉਹਦੀ, ਉਹਦਾ ਮੁੰਡਾ ਜਾ ਕੇ ਨਾਲ ਕੁੜੀ ਨੂੰ ਜਾ ਕੇ ਪਾਸਪੋਰਟ ਆਪਦੀ ਭਾਂਜੀ ਨੂੰ ਦੇ ਕੇ ਆਈ। ਉਸ ਤੋਂ ਬਾਅਦ 'ਚ 8 ਦਿਨਾਂ ਦੇ ਵਿੱਚ ਉਹਨੇ ਵੀਜ਼ਾ ਮੰਗਵਾ ਦਿੱਤਾ। 8 ਦਿਨਾਂ ਦੇ ਬਾਅਦ 'ਚ ਪੈਸਾ ਕਹਿੰਦਾ ਕੋਈ ਨਹੀਂ ਲਊਂਗਾ, ਉੱਥੇ ਜਾ ਕੇ ਕਟਾ ਦਿਓ ਪੈਸੇ, ਠੀਕ ਆ। ਦੁਬਈ ਲਿਜਾ ਕੇ ਉਹਨੇ ਨਾ 3 ਦਿਨ ਉਹਨੂੰ ਭਾਈ ਰੱਖਿਆ। ਬਾਅਦ 'ਚ ਉੱਥੋਂ ਇੱਕ ਕੁੜੀ ਹੋਰ ਸੀ ਉਹਦੇ ਨਾਲ, ਉਹਨੂੰ ਆ ਕੇ ਕਹਿੰਦੀ ਉੱਥੇ 35-40 ਹਜ਼ਾਰ ਰੁਪਏ ਬਣਦਾ, ਆਪਾਂ ਉੱਥੇ ਚੱਲ ਜਾਈਏ, ਇੱਥੇ ਕੰਮ ਨਹੀਂ ਹੈਗਾ, ਠੀਕ ਆ। ਉਹਨੇ ਇਹਨੂੰ ਰਕੇਸ਼ ਨੂੰ ਫੋਨ ਲਾਇਆ, ਰਕੇਸ਼ ਨੇ ਇਹ ਗੱਲ ਕਹੀ ਤੂੰ ਮੇਰੀ ਭੈਣ ਉੱਥੇ ਚੱਲ ਜਾ, ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਤੈਨੂੰ, ਠੰਡਾ ਮੁਲਕ ਆ, ਉੱਥੇ 35-40 ਹਜ਼ਾਰ ਰੁਪਏ ਬਣਨਾ, ਠੀਕ ਆ ਜੀ। ਉਸ ਤੋਂ ਬਾਅਦ 'ਚ ਉਹ ਕੁਰਕਸਤਾਨ ਉਹਨੂੰ ਕੁੜੀ ਨੂੰ ਲੈ ਗਏ, ਕੁਰਕਸਤਾਨ ਉਹਨਾਂ ਨੇ ਵੇਚ ਦਿੱਤਾ ਉੱਥੇ। ਉਸ ਤੋਂ ਬਾਅਦ 'ਚ ਕੀ ਹੋਇਆ, ਕੁੜੀ ਸਾਨੂੰ ਫੋਨ ਕਰੀ ਜਾਂਦੀ, ਨਾ ਖਾਣ ਨੂੰ ਮਿਲਦਾ, ਰਾਤਾਂ ਨੂੰ ਕੰਮ 'ਤੇ ਆਉਂਦੇ, ਕੁੜੀਆਂ ਦੂਜੀਆਂ ਨੂੰ ਚਲ ਗਈਆਂ ਸਾਰੀਆਂ, ਇਹ ਉੱਥੇ ਵੇਖ ਕੇ ਬੈਠੀ, ਮੈਂ ਇੰਡੀਆ ਹੀ ਜਾਣਾ ਵਾਪਸ। ਕੰਮ ਕੀ ਦੱਸਦੇ ਜੀ? ਕੰਮ ਰਾਤ ਨੂੰ ਜਾਂਦੇ ਆ ਜੀ, ਠੀਕ ਆ। ਰਾਤ ਨੂੰ ਹੁਣ ਕੀ ਪਤਾ ਕਿਹੜਾ ਕੰਮ, ਰਾਤ ਨੂੰ 11 ਵਜੇ ਲੈਣ ਆਉਂਦੇ ਆ, ਰਾਤ ਨੂੰ ਲੈ ਆਉਂਦੇ ਉੱਥੇ ਵਾਪਸ, ਠੀਕ ਆ ਜੀ। ਉਹ ਕਦੀ ਕਹਿ ਦਿੰਦੇ ਇਹ ਕੁੜੀ ਸਾਡੇ ਪਸੰਦ ਨਹੀਂ ਹੈਗੀ, ਆਹ ਕੁੜੀ ਨਹੀਂ ਪਸੰਦ ਹੈਗੀ, ਇਹਨੂੰ ਲੈ ਕੇ ਜਾਣਾ, ਇਹਨੂੰ ਲੈ ਕੇ ਜਾਣਾ, ਕੁੜੀ ਪੂਰੀ ਖਤਰੇ ਦੇ ਵਿੱਚ ਆ ਉੱਥੇ ਜੀ, ਠੀਕ ਆ ਜੀ। ਕੋਈ ਕੰਪਲੇਂਟ ਦਿੱਤੀ ਪੁਲਿਸ ਨੂੰ? ਕੰਪਲੇਂਟ ਪੁਲਿਸ ਨੂੰ ਦਿੱਤੀ ਸੀ, ਅਸੀਂ SSP ਦੇ ਕਪੂਰਥਲੇ ਦਰਖਾਸਤ ਦੇ ਕੇ ਆਏ ਹਾਂ, ਉਹਨੇ ਸਾਰੇ ਦਰਖਾਸਤਾਂ ਸਾਰੇ ਥਾਣੇ 'ਚ ਭੇਜ ਦਿੱਤੀਆਂ। ਇੱਥੇ ਸੁਲਤਾਨਪੁਰ ਦੀ ਪੁਲਿਸ ਨੇ ਵੀ 1 ਦਿਨ ਰੇਟ ਮਾਰਿਆ ਉੱਥੇ, ਠੀਕ ਆ। ਉਸ ਤੋਂ ਬਾਅਦ ਅਸੀਂ ਗਏ ਰਾਤ ਨੂੰ, ਫਿਰ ਅਸੀਂ ਕਿਹਾ ਉਹਦੀ ਮਾਸੀ ਨੂੰ ਚੱਕੋ ਇੱਥੇ,
ਅਸੀਂ ਮਿੰਨਤਾਂ ਕਰ ਕਰਕੇ ਪੁਲਿਸ ਨੂੰ ਲੈ ਕੇ ਆਏ, ਇਹਦੀ ਮਾਸੀ ਚੁਕਾਈ ਚੁਕਾਈ, ਉਹਦੇ ਮੁੰਡੇ ਨੂੰ ਚੁਕਾਇਆ। ਉਸ ਤੋਂ ਬਾਅਦ 'ਚ ਕੀ ਹੋਇਆ ਜੀ, ਰਾਤ ਨੂੰ ਫੇਰ ਆ ਗਏ ਸਾ, ਉੱਦਣ ਦੀ ਉਹਦੀ ਮਾਸੀ ਘਰੋਂ ਭੱਜੀ ਹੋਈ ਆ, ਕੋਈ ਸੁਣਵਾਈ ਨਹੀਂ ਹੋਈ। ਪੁਲਿਸ ਸਾਨੂੰ ਕਹਿੰਦੀ ਆ ਖੁਦ, ਤੁਸੀਂ ਸਾਡੀ ਹੈਲਪ ਕਰੋ, ਸਾਡੇ ਨਾਲ ਚੱਲੋ, ਅਸੀਂ ਕੀ ਕਰਾਂਗੇ ਤੁਹਾਡੇ ਨਾਲ, ਕੀ ਚਾਹੁੰਦੇ ਜੀ। ਅਸੀਂ ਕਹਿੰਦੇ ਸਾਡੀ ਕੁੜੀ ਸਹੀ ਸਲਾਮ ਤੋਂ ਵਾਪਸ ਆ ਜੇ, ਬਹੁਤ ਖਤਰੇ ਦੇ ਵਿੱਚ ਹੈ ਕੁੜੀ, ਰਾਤਾਂ ਨੂੰ ਪਤਾ ਨਹੀਂ ਕਿਹੜਾ ਕੰਮ ਕਰਵਾਉਂਦੇ ਕਿਹੜਾ ਨਹੀਂ ਕਰਵਾਉਂਦੇ। ਪੰਜਾਬ ਸਰਕਾਰ ਵੱਲੋਂ ਸਾਨੂੰ ਇਹੀ ਮੰਗ ਆ, ਸਾਡੀ ਕੁੜੀ ਵਾਪਸ ਆ ਜੇ। ਤੀਸਰਾ ਦੀ ਇੱਕ ਕੁੜੀ ਆ ਵੀਰਪਾਲ ਕੋਲ ਜਿਹੜੀ ਡੁੱਬ ਗਈ ਸੀ, ਉਸ ਤੋਂ ਬਾਅਦ ਨੂੰ ਇਰਾਕ ਲੈ ਗਿਆ, ਉਹਨਾਂ ਨੂੰ ਕੰਪਲੇਂਟ ਦਿੱਤੀ ਗਈ ਆ, ਉਹਨੂੰ ਕੀ ਹੈਗੀ ਕੰਪਲੇਂਟ ਦਿੱਤੀ ਹੋਈ? ਇਹਦੀ ਕੰਪਲੇਂਟ ਦੇ ਉੱਤੇ ਅਸੀਂ ਐੱਫ ਆਈ ਆਰ ਦਰਜ ਕਰ ਦਿੱਤੀ ਆ, 164 ਨੰਬਰ, ਇਹ 420-506 ਅਤੇ ਪੰਜਾਬ ਦਾ 2013 'ਚ ਲੋਅ ਬਣਿਆ ਸੀ, ਪੰਜਾਬ ਹਿਊਮਨ ਸਮਗਲਿੰਗ ਐਕਟ, ਉਹਦੇ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਆ। ਇਹ ਏਜੰਟ ਆ ਰਾਕੇਸ਼ ਕੁਮਾਰ, ਇਹਦੇ 'ਤੇ ਐੱਫ ਆਈ ਆਰ ਦਰਜ ਹੋਈ ਆ, ਇਹ ਆਪਣੇ ਥਾਣਾ ਮਹਿਤਪੁਰ ਦੇ ਵਿੱਚ ਰਹਿਣ ਵਾਲਾ ਵਾ, ਅਤੇ ਇਹ 'ਤੇ ਰੇਡ ਕੀਤੇ ਗਏ ਘਰੋਂ, ਜਿਹੜਾ ਵਾ ਉਹ ਅੱਗੇ ਪਿੱਛੇ ਹੋਇਆ। ਜਿਹੜੀ ਲੜਕੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ, ਉਹ ਕਹਿ ਰਹੀ ਉੱਥੇ ਮੈਨੂੰ ਇਰਾਕ ਦੇ ਵਿੱਚ ਬੰਦੀ ਬਣਾਇਆ ਗਿਆ ਪਿਆ ਵਾ, ਕੁਛ ਹੋਰ ਵੀ ਗੱਲਾਂ ਦੱਸ ਰਹੀ ਆ, ਤਾਂ ਕੋਈ ਇਹਨੂੰ ਵਾਪਸ ਲਿਆਉਂਦਾ ਕੋਈ ਸਿਸਟਮ ਹੈ ਜਿਹਦਾ? ਇਹਦਾ ਅਸੀਂ ਜਿਹੜਾ ਕੰਸਰਨਡ ਵਾਪਸ ਲਿਆਉਣ ਬਾਰੇ ਜਿਹੜੀ ਦੀ ਵੀਡੀਓ ਤੁਸੀਂ ਮੈਨੂੰ ਦਿਖਾਈ ਹੈਗੀ ਆ, ਇਸ ਸੰਬੰਧ ਵਿੱਚ ਹੀ ਹਿਊਮਨ ਸਮਗਲਿੰਗ ਐਕਟ ਇਸੇ ਕਰਕੇ ਹੀ ਪੰਜਾਬ ਸਰਕਾਰ ਨੇ ਬਣਾਇਆ ਸੀ, ਉਹ ਉਸ ਸੰਬੰਧੀ ਉਹ ਐਕਟ ਦੇ ਹੀ ਵਰਤੋਂ ਕੀਤੀ ਹੈ, ਲਾਇਆ ਹੈ ਨਾ 420 ਦੇ, ਅਤੇ ਇਹਨੂੰ ਲਿਆਉਣ ਵਾਸਤੇ ਜਿਹੜਾ ਹੈਗਾ ਵਾ ਉਹ ਜਿਹੜਾ ਉਹ ਕੋਰਸਪੋਂਡੈਂਸ ਜਿਹੜੀ ਆ ਉਹ ਡੀ ਸੀ ਸਾਹਿਬ ਵੱਲੋਂ ਹੋਣੀ ਹੈ, ਅਤੇ ਇੱਕ ਵੱਖਰਾ ਅਲੱਗ ਦਾ ਹੁੰਦਾ ਸਿਸਟਮ ਪੁਲਿਸ ਵੱਲੋਂ, ਅਤੇ ਜਿਹੜਾ ਇਹਨਾਂ ਨੂੰ ਇਹਨਾਂ 'ਤੇ ਐੱਫ ਆਈ ਆਰ ਦਰਜ ਕਰਕੇ ਅਤੇ ਤਫਤੀਸ਼ ਕਰਦੇ ਹਾਂ।